ਪੈਸੇ ਵੀਜ਼ਾ ਲੱਗਣ ਤੋਂ ਤੁਸੀਂ ਕਹਿੰਦੇ ਬਾਅਦ ਲੈਂਦੇ ਹੋ ਜੀ, ਕਈ ਲੋਕ ਤਾਂ ਇਸੇ ਡਰ ਤੋਂ ਹੀ ਦਫ਼ਤਰਾਂ 'ਚ ਨਹੀਂ ਆਉਂਦੇ ਕਿ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਦੀ ਗਲਤ ਕਹਿੰਦੇ ਆ, ਪਰ ਜਦੋਂ ਅਸੀਂ ਜਾਵਾਂਗੇ ਦਫ਼ਤਰਾਂ 'ਚ ਸਾਡੇ ਕੋਲ ਉਨੇ ਕੁ ਪੈਸੇ ਤਾਂ ਇਹਨਾਂ ਨੇ ਫਿਰ ਲੈ ਲੈਣੇ ਜਿੰਨੇ ਕੋਈ ਹੋਰ ਏਜੰਟ ਲੈਂਦਾ, ਅਤੇ ਅਸੀਂ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਵੀ ਦਈਏ, ਜ਼ਿਆਦਾ ਵੀ ਦਈਏ ਅਤੇ ਪਹਿਲਾਂ ਵੀ ਦਈਏ। ਯਾਰ ਅੱਜ ਤਾਂ 4 ਸਾਲ ਹੋ ਗਏ ਕੰਮ ਕਰਦੇ ਨੂੰ ਮਨੀਸ਼ ਜੀ, ਅੱਜ ਤੱਕ ਤਾਂ ਇਹ ਕੰਪਲੇਂਟ ਆਈ ਨਹੀਂ। ਹਾਂ ਠੀਕ ਹੈ, ਮੈਂ ਕਹਿੰਦਾ ਅੱਜ ਕੋ ਬਰਾਬਰ ਨਹੀਂ ਨਾ ਹੈਗੀਆਂ 5 ਉਂਗਲੀਆਂ, ਮੈਂ ਕਹਿੰਦਾ ਹੋਰ ਵੀ ਹੋ ਸਕਦਾ, ਤੁਹਾਨੂੰ ਐਡ ਦੇਖਣ ਨੂੰ ਮਿਲਦੀ ਹੋਵੇ, ਹੋਰ ਵੀ ਪ੍ਰਮੋਸ਼ਨ ਦੇਖਦੀ ਹੁੰਦੇ ਦੇਖਣ ਨੂੰ ਮਿਲਦੀ ਹੋਵੇ। ਮੈਂ ਸਾਫ਼ ਸਾਫ਼ ਸ਼ਬਦਾਂ 'ਚ ਕਹਿ ਰਿਹਾ, 1 ਰੁਪਈਆ ਨਾ ਦਿਓ ਸਾਨੂੰ, 1 ਧੇਲੀ ਨਾ ਦਿਓ ਸਾਡੇ ਕਿਸੇ ਵੀ ਬ੍ਰਾਂਚ ਦੇ ਕਿਸੇ ਵੀ ਬ੍ਰਾਂਚ ਮੈਨੇਜਰ ਨੂੰ, ਕੌਂਸਲਰ ਨੂੰ, ਕਿਸੇ ਨੂੰ ਵੀ ਕੋਈ ਪੈਸਾ ਨਾ ਦਿਓ। ਜੇ ਕੋਈ ਤੁਹਾਡੇ ਤੋਂ ਪੈਸੇ ਮੰਗਦਾ, ਆ ਮੇਰੀ ਵੀਡੀਓ ਦਾ ਸਕਰੀਨਸ਼ਾਟ ਚੁੱਕ ਕੇ ਆਪਣੇ ਕੋਲ ਰੱਖ ਲਓ, ਇਹਦੀ ਰਿਕਾਰਡਿੰਗ ਆਪਣੇ ਕੋਲ ਰੱਖ ਲਓ ਕਿ ਭਾਈ ਇਹਨੇ ਕਿਹਾ ਸੀ ਪੈਸੇ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗ ਜੂਗਾ।